ਜਿੰਨੇ ਵੀ ਲੁਧਿਆਣੇ ਦੇ ਸੈਲੀਬ੍ਰਿਟੀ ਆ ਉਹਨਾਂ ਦਾ ਇਹ ਫੇਵਰਿਟ ਫੂਡ ਪੁਆਇੰਟ ਆ। ਉਹਨਾਂ ਦਲਜੀਤ ਸਾਈਂ ਦੇ ਵੀ ਡਾਇਰੈਕਟਰ ਸਾਰੇ ਸਮਾਨ ਸਾਡੇ ਕੋਲੋਂ ਘਰ ਵੀ ਜਾਂਦਾ ਉਹਨਾਂ ਦੇ ਡਾਇਰੈਕਟਰ ਦੇ। ਵੈਲਕਮ ਬੈਕ ਟੂ ਮਾਈ ਚੈਨਲ ਫਰੈਂਡਸ। ਅੱਜ ਨਾ ਮੈਂ ਤੁਹਾਨੂੰ ਲੁਧਿਆਣੇ ਦੀ ਸਭ ਤੋਂ ਵੱਧ ਫੇਮਸ ਫੂਡ ਪੁਆਇੰਟ ਤੇ ਲੈ ਕੇ ਆਇਆ ਹਾਂ, ਜਿੱਥੇ ਕਿ ਲੰਚ ਵਗੈਰਾ ਆਪਾਂ ਕਰ ਸਕਦੇ ਹਾਂ ਤੇ ਜਿੱਥੇ ਕਿ ਸਭ ਤੋਂ ਵੱਡੇ ਵੱਡੇ ਸੈਲੀਬ੍ਰਿਟੀ ਆ ਕੇ ਇੱਥੇ ਲੰਚ ਵਗੈਰਾ ਕਰਦੇ ਨੇ, ਕਿਉਂਕਿ ਉਹਨਾਂ ਦਾ ਸਾਰਿਆਂ ਦਾ ਫੇਵਰੇਟ ਪੁਆਇੰਟ ਆ। ਅਤੇ ਇੱਥੇ ਡੋਸਾ, ਨੂਟਰੀ ਕੁਲਚਾ, ਨਾਨ ਅਤੇ ਲੱਛਾ ਆਈਸਕ੍ਰੀਮ ਵਗੈਰਾ ਸਾਰਾ ਕੁਝ ਮਿਲ ਜਾਂਦਾ ਕਿ ਜਿਹੜਾ ਮਿਲਦਾ ਬਹੁਤ ਵਧੀਆ ਕੁਆਲਿਟੀ ਦਾ ਮਿਲਦਾ ਵਾ। ਅਤੇ ਫਰੈਂਡਸ ਨਾ ਮੈਂ ਤੁਹਾਨੂੰ ਇਹ ਪੂਰੀ ਪ੍ਰੋਪਰ ਲੋਕੇਸ਼ਨ ਵੀ ਚੰਗੀ ਤਰ੍ਹਾਂ ਸਮਝਾਊਂਗਾ ਕਿ ਇਹ ਕਿਸ ਜਗ੍ਹਾ ਪੈਂਦਾ ਵਾ ਫੂਡ ਪੁਆਇੰਟ। ਇੱਥੇ ਜਿੰਨੇ ਵੀ ਹੈਗੇ ਇੱਕ ਦੁਕਾਨ ਨਹੀਂ ਹੈ, ਇੱਥੇ ਘੱਟੋ ਘੱਟ 6-7 ਦੁਕਾਨਾਂ ਨੇ ਜਿੱਥੇ ਕਿ ਸਾਰਿਆਂ ਕੋਲ ਅਲੱਗ ਅਲੱਗ ਆਈਟਮਾਂ ਮਿਲਦੀਆਂ ਨੇ। ਆਹ ਜਿਹੜਾ ਦੇਖ ਲਓ, ਇਹਨਾਂ ਨੇ ਡੋਸਾ ਬਣਾਇਆ ਸੀਗਾ, ਇਹ ਨੋਰਮਲ ਡੋਸਾ ਨਹੀਂ ਸੀ, ਐਨ ਕ੍ਰਿਸਪੀ ਡੋਸਾ ਵਿਦ ਮਸਾਲਾ। ਮਸਾਲਾ ਬਹੁਤ ਬਿਲਕੁਲ ਥੋੜ੍ਹਾ ਜਿਹਾ ਨਹੀਂ ਪਾਇਆ ਸੀ, ਬਹੁਤ ਵਧੀਆ ਢੰਗ ਨਾਲ ਪਾਇਆ ਸੀਗਾ, ਫਿੱਲ ਕੀਤਾ ਹੋਇਆ ਸੀਗਾ। ਇੱਕ ਵਾਰ ਜਿਹੜਾ ਇੱਥੇ ਡੋਸਾ ਖਾਊਗਾ ਉਹ ਦੁਬਾਰਾ ਇੱਥੇ ਹੀ ਆਊਗਾ। ਅਤੇ ਫਰੈਂਡਸ ਮੈਂ ਇਹਦਾ ਤੁਹਾਨੂੰ ਪ੍ਰਾਈਜ਼ ਵਗੈਰਾ ਵੀ ਦੱਸੂੰਗਾ। ਤੁਸੀਂ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਅਤੇ ਆ ਲਓ ਆਪਣਾ ਹੁਣ ਡੋਸਾ ਬਣ ਕੇ ਤਿਆਰ ਹੋ ਗਿਆ, ਉਸ ਤੋਂ ਬਾਅਦ ਮੈਂ ਤੁਹਾਨੂੰ ਇਹਦਾ ਨੂਟਰੀ ਕੁਲਚਾ ਦਿਖਾਊਂਗਾ, ਜਿਹੜਾ ਕਿ ਇੱਥੇ ਦਾ ਸਭ ਤੋਂ ਵੱਧ ਫੇਮਸ ਨੂਟਰੀ ਕੁਲਚਾ ਵਾ। ਅਤੇ ਆਹ ਸਾਡੇ ਹੈ ਨਾ ਡੋਸਾ ਬਣ ਕੇ ਤਿਆਰ ਹੋ ਗਿਆ। ਅਤੇ ਜਿਹੜਾ ਇਹਦਾ ਪ੍ਰਾਈਜ਼ ਆ, ਪ੍ਰਾਈਜ਼ ਵੀ ਕੋਈ ਜੈਨੂਇਨ ਪ੍ਰਾਈਜ਼ ਆ, 80 ਰੁਪਏ ਦੀ ਡੋਸੇ ਦੀ ਪਲੇਟ ਸੀਗੀ। ਕਿੰਨੇ ਦੀ? 80 ਰੁਪਏ ਦੀ ਸਿਰਫ। ਅਤੇ ਡੋਸਾ ਐਨ ਬਿਲਕੁਲ ਨੰਬਰ 1। ਅਤੇ ਫਰੈਂਡਸ ਉਸ ਤੋਂ ਬਾਅਦ ਨਾ ਅਸੀਂ ਨਾਲ ਹੀ ਨੂਟਰੀ ਕੁਲਚੇ ਮੰਗਾਏ ਸੀਗੇ। ਆਹ ਦੇਖ ਲਓ, 2 ਪਲੇਟਾਂ ਨੂਟਰੀ ਕੁਲਚੇ ਦੀਆਂ ਮੰਗਾਈਆਂ ਸੀਗੀਆਂ। ਜਿਹੜਾ ਨੂਟਰੀ ਕੁਲਚਾ ਸੀਗਾ ਉਹ ਤਾਂ ਨੰਬਰ 1 ਸੀਗਾ, 40 ਸਾਲ ਪੁਰਾਣੀ ਦੁਕਾਨ ਆ, 40 ਸਾਲ ਪੁਰਾਣੀ ਨੂਟਰੀ ਕੁਲਚੇ ਵਾਲਿਆਂ ਦੀ। ਅਤੇ ਨੂਟਰੀ ਕੁਲਚਾ ਬਹੁਤ ਹੀ ਜ਼ਿਆਦਾ ਵਧੀਆ ਅਤੇ ਇੱਥੇ ਦਾ ਫੇਮਸ ਆ ਨੂਟਰੀ ਕੁਲਚਾ। ਅਤੇ ਆਹ ਅਰਜੁਨ ਡੋਸੇ ਵਾਲਾ ਤਾਂ ਹੋ ਗਿਆ, ਅੱਗੇ ਤੁਹਾਨੂੰ ਨਾ ਮੈਂ ਦੁਕਾਨਾਂ ਦਿਖਾਉਂਦਾ ਵਾਂ, ਇੱਕ ਦੁਕਾਨ ਨਹੀਂ। ਆਹ ਦੇਖੋ, ਨਾਨ ਵਗੈਰਾ ਵੀ ਇੱਥੋਂ ਮਿਲ ਜਾਂਦੇ ਆ। ਅਤੇ ਜੇਕਰ ਕਿਸੇ ਆਪਣੀ ਆਪਣੀ ਚੁਆਇਸ ਆ, ਜੇ ਕਿਸੇ ਨੇ ਪੁਲਾਓ ਖਾਣੇ ਆ ਜਾਂ ਕੁਲਚੇ ਛੋਲੇ ਖਾਣੇ ਆ, ਹਰ ਇੱਕ ਆਈਟਮ ਮਿਲ ਜਾਂਦੀ ਆ। ਆਈਸਕ੍ਰੀਮ, ਕੋਲਡ ਡਰਿੰਕ, ਆਹ ਸਰਦਾਰ ਸਾਹਿਬ ਨੇ ਮੈਂ ਤੁਹਾਨੂੰ ਦਿਖਾਇਆ ਵਾ, ਇਹਨਾਂ ਇਹੀ ਇਹਨਾਂ ਦੀ ਸ਼ੋਪ 40 ਸਾਲ ਪੁਰਾਣੀ ਸ਼ੋਪ ਆ ਇੱਥੇ। ਫਰੈਂਡਸ ਜਿਹੜਾ ਇਹ ਫੂਡ ਪੁਆਇੰਟ ਆ, ਇਹ ਮੈਂ ਤੁਹਾਨੂੰ ਚੰਗੀ ਤਰ੍ਹਾਂ ਸਮਝਾਉਣਾ ਵਾਂ ਵੀ ਇਹ ਫੂਡ ਪੁਆਇੰਟ ਕਿੱਥੇ ਆ। ਉਦੋਂ ਤੱਕ ਫਰੈਂਡਸ ਤੁਸੀਂ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਅਤੇ ਚਲੋ ਆਓ, ਆਹ ਦੇਖੋ ਪਹਿਲਾਂ ਤੁਸੀਂ ਦੁਕਾਨਾਂ ਦੇਖੋ ਕਿੰਨੀਆਂ ਜ਼ਿਆਦਾ ਨੇ, ਕੋਈ ਇੱਕ ਦੁਕਾਨ ਨਹੀਂ ਹੈਗੀ, ਕਿੰਨੀਆਂ 6-7 ਦੇ ਕਰੀਬ ਦੁਕਾਨਾਂ ਨੇ ਜਿੱਥੋਂ ਕਿ ਨੂਟਰੀ ਕੁਲਚਾ, ਨਾਨ ਅਤੇ ਨੋਰਮਲ ਛੋਲੇ ਕੁਲਚੇ ਹੋ ਗਏ, ਪਲਾਓ ਹੋ ਗਏ, ਉਹ ਸਾਰਾ ਕੁਝ ਮਿਲਦਾ ਵਾ। ਅਤੇ ਫਰੈਂਡਸ ਆਹ ਦੇਖੋ, ਮੈਂ ਤੁਹਾਨੂੰ ਹੁਣ ਪਹਿਲਾਂ ਐਡਰੈਸ ਦਿਖਾਉਂਦਾ ਜਿੱਥੇ ਆ ਕੋਰਨੇ 'ਤੇ ਇੱਕ ਲੱਸੀ ਵਾਲੇ ਵੀ ਬੈਠਦੇ ਆ ਭਾਅ ਜੀ, ਅਤੇ ਉਹ ਸਾਹਮਣੇ ਜਿੱਥੇ ਫੁੱਟਬਾਲ ਲੱਗੀ ਆ, ਇਸ ਫੁੱਟਬਾਲ ਵਾਲੇ ਚੌਂਕ ਨੂੰ ਵਿਸ਼ਕਰਮਾ ਚੌਂਕ ਕਹਿੰਦੇ ਆ। ਜੇਕਰ ਆਪਾਂ ਬੈਕ ਸਾਈਡ ਤੋਂ ਗਿੱਲ ਚੌਂਕ ਤੋਂ ਆਉਂਦੇ ਹਾਂ ਤਾਂ ਗਿੱਲ ਚੌਂਕ ਤੋਂ ਆਉਂਦੇ ਹੀ ਫੁੱਟਬਾਲ ਚੌਂਕ ਤੋਂ ਪਹਿਲਾਂ ਹੀ ਰਾਈਟ ਸਾਈਡ ਫੂਡ ਪੁਆਇੰਟ ਆ, ਅਤੇ ਦੂਸਰੀ ਸਾਈਡ ਜੇਕਰ ਆਪਾਂ ਸਟੇਸ਼ਨ ਵਾਲੀ ਘੰਟਾ ਘਰ ਵਾਲੀ ਸਾਈਡ ਤੋਂ ਆਉਂਦੇ ਹਾਂ ਤਾਂ ਜੇ ਉਹ ਸਾਹਮਣੇ ਫੁੱਟਬਾਲ ਚੌਂਕ ਜਿਹਨੂੰ ਵਿਸ਼ਕਰਮਾ ਚੌਂਕ ਕਹਿੰਦੇ ਆ, ਇਸ ਚੌਂਕ ਨੂੰ ਕ੍ਰੋਸ ਕਰਨ ਸਾਰ ਹੀ ਰਾਈਟ ਸਾਈਡ ਫੂਡ ਪੁਆਇੰਟ ਆ। ਫਰੈਂਡਸ ਇੱਥੇ ਬਹੁਤ ਵੱਡੇ ਵੱਡੇ ਸੈਲੀਬ੍ਰਿਟੀ ਦਲਜੀਤ ਦੁਸਾਂਝ ਜੋ ਭਾਅ ਜੀ ਜਦੋਂ ਵੀ ਲੁਧਿਆਣੇ ਆਉਂਦੇ ਆ ਇੱਥੇ ਲੰਚ ਡਿਨਰ ਜ਼ਰੂਰ ਕਰਕੇ ਜਾਂਦੇ ਆ। ਫਰੈਂਡਸ ਮੈਂ ਲੁਧਿਆਣੇ ਦੇ ਹੋਲਸੇਲ ਮਾਰਕੀਟ, ਘੰਟਾ ਘਰ ਮਾਰਕੀਟ, ਤਕਰੀਬਨ ਹਰ ਇੱਕ ਫੇਮਸ ਪਲੇਸ ਦੇ ਬਲੌਗ ਬਣਾਏ ਹੋਏ ਆ। ਤੁਸੀਂ ਡਿਸਕ੍ਰਿਪਸ਼ਨ ਵਿੱਚ ਅਤੇ ਲਾਸਟ ਵਿੱਚ ਵੀਡੀਓ ਦਾ ਲਿੰਕ ਆਊਗਾ, ਉਹਦੇ 'ਤੇ ਕਲਿੱਕ ਕਰਕੇ ਤੁਸੀਂ ਦੇਖ ਸਕਦੇ ਹੋ। ਇੱਥੇ ਤੱਕ ਵੀਡੀਓ ਦੇਖਣ ਲਈ ਧੰਨਵਾਦ ਤੁਹਾਡਾ।